ਕਲਾਸ ਲਿਆ ਲਓ ਮੱਥਾ ਟੇਕ ਭਾਜੀ ਭਾਜੀ ਮੂਰਤੀ ਨਾ ਅੰਕਲ
ਕੱਟੂ ਕੱਟ ਲਾਉਣੀ ਕੱਟ ਕੱਟੂ ਘੱਟ ਵਾ ਕੇ ਫੜ ਕੇ ਰੱਖ ਲਓ ਆਟੋ ਮੇਰੇ ਕੋਲ
Thank you.
Thank you.
Thank you.
ਮਦਦ ਹੈ ਕਰ ਸਕਣਾ ਦਾ ਕੀ ਲੈਣਾ ਵੇਦ ਕਰਾਨੋ ਜੋ ਕੁਝ ਮਿਲਦਾ ਏ ਯਾਰ ਦੇ ਦਰ ਤੋਂ ਜੋ ਕੁਝ ਮਿਲਦਾ ਏ ਯਾਰ ਦੇ ਦਰ ਤੋਂ ਮੈਨੂੰ ਮਿਲਦਾ ਹੋਰ ਜੋ ਕਾਨੋ ਜਿੰਦ ਜਾਨ ਜੇ ਯਾਰ ਦੀ ਹੋਵੇ ਤੇ ਨਹੀਂ ਡਰਦੀ ਲੱਖ ਤੂਫਾਨੋ ਤਾਈਓ ਸਾਰੇ ਆਖਣ ਸ਼ੌਂਕੀ ਤੇ ਪੀਰ ਹੁੰਦੇ ਨੇ ਵੱਡੇ ਸਾਰੇ ਕੀ ਵੇੜਾ ਸਭ ਬਚ ਕੀ ਪਾਲੀ ਹੈ ਸਤਿ ਅੰਦਰ
ਭੰਡਾਰੇ ਐਵੇਂ ਨਹੀਂ ਲੱਗਦੇ। ਇਹਨਾਂ ਫਕੀਰਾਂ ਫਕੀਰਾਂ ਨੇ ਇਬਾਦਤਾਂ ਕੀਤੀਆਂ, ਬੰਦਗੀਆਂ ਕੀਤੀਆਂ। ਇਹ ਫਕੀਰ ਐਵੇਂ ਨਹੀਂ, ਇਹ ਗੱਦੀ ਹਾਸਲ ਹੁੰਦੀ। ਜੀਵਦੇ ਜੀ ਮਰਨਾ ਪੈਂਦਾ, ਉਹਦੇ ਰਾਹਾਂ ਵਿੱਚ ਲੜਨਾ ਪੈਂਦਾ, ਉਹਦੇ ਪੈਰਾਂ ਦੀ ਖਾਕ ਬਣਨਾ ਪੈਂਦਾ, ਇਹ ਫਕੀਰੀ ਰੁਤਬਾ ਫਿਰ ਹਾਸਲ ਹੋਇਆ ਕਰਦਾ। ਪ੍ਰੇਮੀ ਜਨੋ, ਇਹ ਐਵੇਂ ਨਹੀਂ ਮੇਲੇ ਲੱਗਦੇ। ਦੁਨੀਆਂ ਫਿਰ ਉਹਨਾਂ ਨੂੰ ਯਾਦ ਕਰਦੀ ਹੈ ਜੋ ਦੁਨੀਆਂ ਵਾਸਤੇ ਕੁਛ ਕਰਕੇ ਜਾਂਦੇ ਨੇ, ਔਰ ਇਬਾਦਤਾਂ ਬੰਦਗੀਆਂ ਕਰਕੇ ਜਾਂਦੇ ਨੇ। ਦੁਨੀਆਂ ਫਿਰ ਇਸ ਤਰ੍ਹਾਂ ਉਹਨਾਂ ਨੂੰ ਯਾਦ ਕਰਦੀ ਹੈ। ਅੱਜ ਵੀ ਸੱਚੇ ਮਨ ਦੇ ਨਾਲ ਕੋਈ ਅਰਦਾਸ ਫਰਿਆਦ ਕਰਦਾ ਹੈ, ਉਹਦੀ ਪੂਰੀ ਹੁੰਦੀ ਹੈ। ਤਦੇ ਹੀ ਆਪਾਂ ਇਹਨਾਂ ਨੂੰ ਯਾਦ ਕਰਦੇ ਹਾਂ, ਇਹਨਾਂ ਦੇ ਨਿਮਿਤ ਭੰਡਾਰੇ ਲਗਾਉਂਦੇ ਹਾਂ, ਮੇਲੇ ਲਗਾਉਂਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਕਿਸੇ ਲੇਖਕਰ ਨੇ ਲਿਖਿਆ, ਜਿਹੜੇ ਲੇਖ ਨੂੰ ਮਨ ਫਕੀਰ ਹੋ ਗਏ ਉਹ ਯਕੀਨ ਦੀ ਹਾਜ਼ਤ ਨਹੀਂ ਰੱਖਦੇ, ਜਿਹੜੇ ਕੈਦੀ ਨੇ ਫਿਰ ਉਹਦੀਆਂ ਜ਼ੁਲਫਾਂ ਦੇ ਜੰਜੀਰ ਦੀ ਹਾਜ਼ਤ ਨਹੀਂ ਰੱਖਦੇ। ਜਿਹੜੇ ਮਰਨੇ ਤੋਂ ਪਹਿਲਾਂ ਮਰ ਹੀ ਗਏ ਉਹ ਫਿਰ ਮੌਤ ਦੀ ਹਾਜ਼ਤ ਨਹੀਂ ਰੱਖਦੇ। ਦਿਲ ਵਿੱਚ ਵਸਾ ਕੇ ਆਪਣੇ ਮੁਰਸ਼ਦ ਨੂੰ ਤਸਵੀਰ ਦੀ ਹਾਜ਼ਤ ਨਹੀਂ ਰੱਖਦੇ। ਉਹਦੇ ਰੋਮ ਰੋਮ ਵਿੱਚੋਂ ਆਪਣੇ ਮੁਰਸ਼ਦ ਦੀ, ਆਪਣੇ ਗੁਰੂ ਦੀ ਆਵਾਜ਼ ਆਉਂਦੀ ਹੈ। ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਬਾਬਾ ਸਤਨਾਮ ਸ਼ਾਹ ਜੀ, ਬੀਬੀ ਤਾਰੋ ਜੀ, ਉਹ ਆਪਣੇ ਮੁਰਸ਼ਦ ਦੇ ਰੰਗ ਵਿੱਚ ਰੰਗੇ ਹੋਏ ਨੇ। ਇਸ ਤਰ੍ਹਾਂ ਗੱਲ ਮੁਰਸ਼ਦ ਤੇ ਮਰੀਜ਼ ਦੇ ਪਿਆਰ ਦੀ ਬਾਤ, ਤਰਸਦੀਆਂ ਸੱਜਣਾ ਤੇਰੀ ਦੀਦ ਨੂੰ ਅੱਖੀਆਂ ਤਰਸਦੀਆਂ। ਉਹ ਸਵਰਗ ਮੇਰੇ ਕਿਸੇ ਕੰਮ ਨਹੀਂ ਜਿੱਥੇ ਤੇਰੇ ਦੀਦਾਰ ਨਹੀਂ ਹੁੰਦੇ। ਦੋਜਕ ਮੈਨੂੰ ਲੱਖ ਬਹਿਸਤੀ ਤੇ ਜਿੱਥੇ ਤੂੰ ਇੱਕ ਛਾਤੀ ਪਾਵੇਂ। ਐ ਮੇਰੇ ਮੁਰਸ਼ਦ, ਐ ਮੇਰੇ ਯਾਰਾ, ਉਹ ਨਰਕ ਵੀ ਮੇਰੇ ਲਈ ਸਵਰਗ ਹੈ ਜਿੱਥੇ ਤੇਰੇ ਦੀਦਾਰ ਹੋ ਜਾਣ। ਰੰਗ ਭਰੀਆਂ ਨੂੰ ਛੱਡ ਕੇ ਸੱਜਣਾ ਤੇ ਚਿੱਕੜ ਭਰੀਆਂ ਨੂੰ ਗਾਲੇ ਲਾਵੇ। ਯਾਰ ਫਰੀਦਾ ਮੈਨੂੰ ਰਾਖੀ ਉਸ ਥਾਈ, ਯਾਰ ਫਰੀਦਾ ਮੈਨੂੰ ਰਾਖੀ ਉਸ ਥਾਈ ਤੇ ਜਿੱਥੇ ਤੂੰ ਆ ਮੇਰੇ ਤੂੰ ਜਾਵੇ, ਤੇ ਜਿੱਥੇ ਤੂੰ ਆ ਮੇਰੇ ਤੂੰ ਜਾਵੇ। ਉਹ ਤਰਸਦੀਆਂ ਸੱਜਣਾ ਤੇਰੀ ਦੀਦ ਨੂੰ ਅੱਖੀਆਂ ਤਰਸਦੀਆਂ, ਤਰਸਦੀਆਂ ਸੱਜਣਾ ਤੇਰੀ ਦੀਦ ਨੂੰ ਅੱਖੀਆਂ ਤਰਸਦੀਆਂ, ਤਰਸਦੀਆਂ ਤੇਰੇ
ਹੋਈ ਆ ਮੈਂ ਕੁੱਲੀ ਰਾਵਤ ਪਾਈ ਹੋਈ ਆ ਮੈਂ ਕੁੱਲੀ।
ਮੇਰੀਆਂ ਭੈਣਾਂ ਦਾ, ਮਾਤਾਵਾਂ ਦਾ, ਵੀਰਾਂ ਦਾ, ਪ੍ਰਬੰਧਕ ਵੀਰਾਂ ਦਾ, ਸੇਵਾ ਦਾ ਦਿਲੋਂ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ। ਤੁਸੀਂ ਸਤਿਗੁਰਾਂ ਦੇ ਮੁਰਸ਼ਿਦ ਲੋਕਾਂ ਦੇ ਚਰਨਾਂ ਨਾਲ ਪਿਆਰ ਕਰਦੇ ਹੋਏ ਬੇਅੰਤ ਮਾਇਆ ਦੇ ਕੇ ਨਵਾਜਿਆ, ਤਹਿ ਦਿਲੋਂ ਧੰਨਵਾਦੀ ਹਾਂ। ਉਹ ਪੀਰ ਤਾਂ ਸਭ ਦੇ ਨਾਮ ਜਾਣਦੇ ਨੇ, ਸਭ ਦੀਆਂ ਮਨੋਂ ਭਾਵਨਾਵਾਂ ਪੂਰੀਆਂ ਕਰਨ ਜੀ, ਹਰ ਮਦਾਨੇ ਫਤਿਹ ਬਖਸ਼ਣਾ, ਨਾਮ ਕਰਨ ਸਾਧ ਕਾ ਸੰਗ, ਭਜਨ ਕਾ ਪ੍ਰਤਾਪ, ਦੁੱਖਾਂ ਕਲੇਸ਼ਾਂ ਦਾ ਨਾਸ ਹੋਵੇ ਜੀ। ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ, ਖਜ਼ਾਨੇ ਭਰਪੂਰ ਰੱਖਣੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਦੀ, ਦੇਸਾਂ ਪ੍ਰਦੇਸਾਂ ਵਿੱਚ ਸਹਾਇਤਾ ਕਰਨੀ, ਨਗਰ ਖੇੜੇ ਵਿਹੜੇ ਮਹੱਲੇ ਸੁੱਖ ਵਰਤਾਉਣੀ ਜੀ, ਸਭ ਦੀ ਹਾਜ਼ਰੀ ਆਪਣੇ ਦਰ ਘਰ ਪ੍ਰਵਾਨ ਕਰਨੀ ਜੀ। ਹੈ ਪੀਰ ਬਾਬਾ ਬਾਲਾ ਜੀ, ਸਾਰੀਆਂ ਸੰਗਤਾਂ ਨੇ ਬੜੇ ਰਲ ਮਿਲ ਕੇ ਹੁਮ ਹਮਾ ਕੇ ਤੁਹਾਡੇ ਇਹ ਲੰਗਰ ਭੰਡਾਰੇ ਲਗਾਉਂਦੇ ਨੇ, ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੀਆਂ, ਕਿਰਪਾ ਕਰਨੀ ਇਸ ਨਗਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਬੱਚਿਆਂ ਦੀਆਂ ਚੰਗੀ ਪੜ੍ਹਾਈ ਦੀ ਬਲ ਬੁੱਧੀ ਬਖਸ਼ਣੀ, ਚੰਗੀਆਂ ਪੜ੍ਹਾਈਆਂ ਕਰਨ, ਚੰਗਿਆਂ ਅਹੁਦਿਆਂ ਤੇ ਲੱਗਣ, ਤੇਰਾ ਨਾਮ ਜਪਣ, ਤੇਰੇ ਰਸਤੇ ਤੇ ਚੱਲਣ, ਇਹਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਵੀ ਬਚਾ ਕੇ ਰੱਖਣਾ, ਨਸ਼ਿਆਂ ਤੋਂ ਰਹਿਤ ਰੱਖਣਾ, ਆਪਣਾ ਹੱਥ ਦੇ ਕੇ ਬਚਾਉਣਾ। ਜੈਕਾਰਾ ਗੁਰੂਆਂ ਪੀਰਾਂ ਫਕੀਰਾਂ ਦਾ, ਬੋਲ ਸਾਚੇ ਦਰਬਾਰ ਕੀ ਜੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਉਸ ਪਾਕ ਪਵਿੱਤਰ ਰੂਹ ਦੀ ਗੱਲ ਹੈ, ਜਿਹੜੀ ਰੂਹ ਆਪਣੇ ਮੁਰਸ਼ਦ ਦੇ ਰੰਗ ਵਿੱਚ ਰੰਗੀ ਹੋਈ ਹੈ, ਜਿਸ ਤਰ੍ਹਾਂ ਇਹ ਸਾਡੇ ਬਾਬਾ ਸਤਨਾਮ ਸ਼ਾਹ ਜੀ, ਸਾਡੇ ਸਤਿਕਾਰਯੋਗ ਬੀਬੀ ਤਾਰੋ ਜੀ ਆਪਣੇ ਮੁਰਸ਼ਦ ਦੇ ਰੰਗ ਵਿੱਚ ਰੰਗੇ ਹੋਏ ਨੇ। ਇਹਨਾਂ ਰੂਹਾਂ ਨੂੰ ਸੁਹਾਗਣ ਦਾ ਦਰਜਾ ਮਿਲਿਆ, ਜਿਸ ਤਰ੍ਹਾਂ ਸਤਿਗੁਰਾਂ ਨੇ ਗੁਰਬਾਣੀ ਅੰਦਰ ਵੀ ਦਰਜ ਕੀਤਾ ਕਿ ਸਹਿਕੀ ਸਾਰ ਸੁਹਾਗਣ ਜਾਣੇ, ਵੀ ਉਹਦੀ ਸਾਰ ਉਹ ਰੂਹ ਜਾਣ ਸਕਦੀ ਹੈ ਜਿਹੜੀ ਰੂਹ ਤੇਰੇ ਨਾਲ ਪਿਆਰ, ਉਹ ਮੁਰਸ਼ਦ ਦੇ ਨਾਲ, ਪਤੀ ਪਰਮਾਤਮਾ ਦੇ ਨਾਲ, ਗੁਰੂ ਦੇ ਨਾਲ ਜਿਹੜੀ ਰੂਹ ਪਿਆਰ ਕਰਦੀ ਹੈ, ਉਹਦੀ ਸਾਰ ਜਾਣ ਸਕਦੀ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਗੁਰਬਾਣੀ ਅੰਦਰ ਦਰਜ ਕੀਤਾ, ਸਹਿਕੀ ਸਾਰ ਸੁਹਾਗਣ ਜਾਣੇ, ਤਾਂ ਜੇ ਅਭਿਮਾਨ ਸੁੱਖ ਰਲੀਆ ਮਨ, ਤਨ ਮਨ ਦੇਹ ਨਾ ਅੰਤਰ ਰਾਖੈ, ਅਵਰਾ ਦੇਖ ਨਾ ਸੁਣਿਆ ਪਾਖੈ, ਸੋ ਕਤ ਜਾਣੇ ਪੀਰ ਪਰਾਈ, ਜਾਂ ਕੇ ਅੰਤਰ ਦਰਦ ਨਾ ਪਾਈ, ਦੁਖੀ ਦੁਹਾਗਣ ਦੋਏ ਪੱਖਹੀਨੀ, ਜਿਨ੍ਹਾਂ ਨਿਰੰਤਰ ਭਗਤ ਨਾ ਕੀਨੀ। ਕਹਿੰਦੇ ਉਹ ਰੂਹਾਂ ਨੂੰ ਦੋਹਾਂ ਜਹਾਨਾਂ ਵਿੱਚ ਧੱਕੇ ਪੈਂਦੇ ਨੇ, ਜਿਹੜੀਆਂ ਰੂਹਾਂ ਉਹਦੇ ਨਾਲ ਪਿਆਰ ਨਹੀਂ ਕਰਦੀਆਂ ਉਹਨੂੰ ਦੁਹਾਗਣ ਕਿਹਾ, ਔਰ ਜਿਹੜੀ ਰੂਹ ਉਹਦੇ ਨਾਲ ਪਿਆਰ ਕਰਦੀ ਹੈ ਉਹਨੂੰ ਸੁਹਾਗਣ ਕਿਹਾ। ਉਹ ਰੂਹ ਫਿਰ ਕਿਸੇ ਹੋਰ ਵੱਲ ਤੱਕਦੀ ਨਹੀਂ, ਉਹ ਆਪਣੇ ਮੁਰਸ਼ਦ ਨੂੰ ਹਰ ਪਲ ਤੱਕਦੀ ਹੈ, ਦੇਖਦੀ ਹੈ, ਉਹ ਹੋਰ ਪਾਸੇ ਨਹੀਂ ਦੇਖਦੀ। ਗੁਰੂ ਪਿਆਰੀ ਸਾਧ ਸੰਗਤ ਜੀ, ਲੇਖਕ ਨੇ ਇੱਕ ਇਸ਼ਾਰਾ ਦਿੱਤਾ, ਗੱਲ ਉਹਦੇ ਪਿਆਰ ਦੀ ਹੈ, ਉਹਦੇ ਦੀਦਾਰ ਦੀ ਹੈ। ਜਿਸ ਤਰ੍ਹਾਂ ਦੁਨਿਆਵੀ ਸੁਹਾਗਣ, ਉਹਦੇ ਪੈਰਾਂ ਵਿੱਚ ਝਾਂਜਰਾਂ, ਬਾਹਾਂ ਵਿੱਚ ਚੂੜਾ, ਨੱਕ ਵਿੱਚ ਨੱਥ, ਸਿਰ ਤੇ ਫੁਲਕਾਰੀ, ਦੁਨਿਆਵੀ ਸੁਹਾਗਣ ਦੀਆਂ ਨਿਸ਼ਾਨੀਆਂ ਦੱਸੀਆਂ।
ਇਹ ਰੂਹਾਨੀਅਤ ਵਿੱਚ ਵੀ ਇਸੇ ਤਰ੍ਹਾਂ ਉਲੇਖ ਕਰਨਾ ਇੱਕ ਇਸ਼ਾਰਾ ਦਿੱਤਾ ਗੱਲ ਮੁਰਸ਼ਦ ਦੀ ਉਹ ਬਾਲਾ ਪੀਰ ਜੀ ਦੇ ਪਿਆਰ ਦੀ ਦਾਤਾ ਅਲੀ ਅਹਿਮਦ ਸੱਚੇ ਸਰਕਾਰ ਅਕਬਰ ਸ਼ਾਹ ਦੇ ਪਿਆਰ ਦੀ ਹੈ ਲੇਖ ਕਰਨਾ ਇਹ ਇਸ਼ਾਰਾ ਦਿੱਤਾ ਹੈ ਉਹ ਲੁੱਟਾ ਮੈਂ ਨਜ਼ਾਰੇ ਦਿਲ ਸਾਚੀ ਗੁਰੂ ਜੀ ਦੇ ਹੱਥ ਸਾਚੀ ਗੁਰੂ ਜੀ ਦੇ ਹੱਥ
ਮੁਰਸ਼ਦ ਨੇ ਸਾਰੇ ਲਾ ਕੇ ਰੰਗ ਗਹਿਰਾਂ ਦੇ ਨੀ ਮੈਨੂੰ ਆਪਣਾ ਰੰਗ ਭਰ ਭਰ ਕੇ ਜਾਮ ਭਰ ਭਰ ਕੇ ਜਾਮ ਮੁਹੱਬਤ ਦਾ ਨੀ ਮੈਨੂੰ ਨਜ਼ਰਾਂ ਨਾਲ ਨੀ ਮੈਨੂੰ ਨਜ਼ਰਾਂ ਨਾਲ ਕਾਰ
ਸਰਦਾਰ ਦੇ ਕਾਬਲ ਹੋ ਜਾਵਾਂ, ਜਿਹਦੇ ਨਾਲ ਮੇਰੀ ਜ਼ਿੰਦਗੀ ਏ, ਜਿਹਦੇ ਨਾਲ ਮੇਰੀ ਇਹ ਜ਼ਿੰਦਗੀ ਏ, ਤੇ ਉਹਦੇ ਪਿਆਰ ਦੇ ਕਾਬਲ ਹੋ ਜਾਵਾਂ, ਜਿਹਦੇ ਸ਼ਿਕਵੇ ਸਾਰੇ ਮੁੱਕ ਜਾਵਣ, ਤੇ ਸੋਹਣੇ ਯਾਰ ਦੇ ਕਾਬਲ ਹੋ ਜਾਵਾਂ। ਓ ਅਸੀਂ ਦੁਨੀਆ ਤੋਂ ਕੀ ਲੈਣਾ, ਤੇ ਸੋਹਣੇ ਯਾਰ ਦੇ ਕਾਬਲ ਹੋ ਜਾਵਾਂ, ਤੇ ਸੋਹਣੇ ਯਾਰ ਦੇ ਕਾਬਲ ਹੋ ਜਾਵਾਂ। ਦੱਸ ਐਸਾ ਕਰੀਏ ਕੀ ਸਜਣਾ, ਦੱਸ ਐਸਾ ਹੋ ਜਾਈਏ।
ਐਸਾ ਕਰੀਏ ਕੀ ਸੱਜਣਾ ਗੌਂਸਲੇ ਆਦਮ ਇਹ ਪੀਰ ਮੇਰਾ ਚੋਰੋ ਕੁਤਬ ਬਣਾਉਣੇ ਜਾਣਦਾ ਏ ਚੋਰੋ ਕੁਤਬ ਬਣਾਉਣੇ ਤਾਂ ਇੱਕ ਪਾਸੇ ਚੋਰੋ ਕੁਤਬ ਬਣਾਉਣੇ ਤਾਂ ਇੱਕ ਪਾਸੇ ਮੋਇਆ ਵਿੱਚ ਜਾਨਾ ਪਾਉਣੀਆਂ ਜਾਣਦਾ ਏ ਮੋਇਆ ਵਿੱਚ ਜਾਨਾ ਪਾਉਣੀਆਂ ਜਾਣਦਾ ਮਾਤਾ ਬੋਲੀ ਦੁਨੀਆ ਹਰੇ ਕੀ ਅਕਲ ਚਾਰ ਮਾਤਾ ਹਰੇ ਦੁਨੀਆ
ਜੀ ਦਾ ਬੋਲ ਸਾਚੇ ਦਰਬਾਰ ਕੀ ਜੈਕਾਰਾ। ਗਿਆਰਵੀਂ ਵਾਲੇ ਗੌਂਸ ਪਾਕ ਪੀਰ ਸੱਚੀ ਸਰਕਾਰ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ। ਜੈਕਾਰਾ ਗੁਰੂਆਂ ਪੀਰਾਂ ਫਕੀਰਾਂ ਦਾ ਬੋਲ ਸਾਚੇ ਦਰਬਾਰ ਕੀ ਜੈ। ਅੱਜ ਅਸੀਂ ਧੰਨ ਧੰਨ ਹੋ ਗਏ ਹਾਂ, ਇਹ ਸੰਗਤਾਂ ਵੀ ਧੰਨ ਧੰਨ ਹੋ ਗਈਆਂ ਇਹਨਾਂ ਮਹਾਂਪੁਰਸ਼ਾਂ ਦੇ ਫਕੀਰਾਂ ਦੇ ਦਰਸ਼ਨ ਕਰਕੇ। ਸਾਡੇ ਸਤਿਕਾਰਯੋਗ ਬਾਬਾ ਸਤਨਾਮ ਸ਼ਾਹ ਜੀ ਔਰ ਬੀਬੀ ਤਾਰੋ ਜੀ, ਧੰਨ ਧੰਨ ਹੋ ਗਏ ਹਾਂ ਸਾਨੂੰ ਇਹਨਾਂ ਦੇ ਚਰਨਾਂ ਵਿੱਚ ਇਹਨਾਂ ਦੇ ਕਦਮਾਂ ਵਿੱਚ ਬਹਿਣ ਦਾ ਸੁਭਾਗ ਪ੍ਰਾਪਤ ਹੋਇਆ ਜੀ। ਸਾਰੀਆਂ ਸੰਗਤਾਂ ਭਾਗਾਂ ਵਾਲੀਆਂ ਨੇ ਸਾਰੀਆਂ, ਅੱਜ ਜੋ ਆਪਾਂ ਨੂੰ ਇਹਨਾਂ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਜੀ, ਤਹਿ ਦਿਲੋਂ ਧੰਨਵਾਦੀ ਸ਼ੁਕਰ ਗੁਜ਼ਾਰ ਹਾਂ। ਜਿਹੜੀਆਂ ਵੀ ਉਹਨਾਂ ਦੇ ਨਾਲ ਸੰਗਤਾਂ ਉਹਨਾਂ ਦੇ ਦੀਵਾਨੇ ਆਏ ਨੇ, ਸਾਰਿਆਂ ਦੇ ਕਦਮਾਂ ਵਿੱਚ ਸਾਡੇ ਵੱਲੋਂ ਸਜਦਾ ਸਲਾਮ ਹੈ ਜੀ। ਕਿਉਂ ਉਹ ਵੀ ਧੰਨ ਹੁੰਦੇ ਨੇ ਜਿਹੜੇ ਮੁਰਸ਼ਦ ਗੁਰੂਆਂ ਦੇ ਨਾਲ ਚੱਲੇ ਹੁੰਦੇ ਨੇ ਜੀ, ਸ਼ੁਕਰ ਗੁਜ਼ਾਰ ਹਾਂ। ਜੈਕਾਰਾ ਗੁਰੂਆਂ ਪੀਰਾਂ ਫਕੀਰਾਂ ਦਾ ਬੋਲ ਸਾਚੇ ਦਰਬਾਰ ਕੀ ਜੈ। ਹੋ ਕੀ ਤਾਂ ਜਦੋਂ ਦਾ ਫਕੀਰਾਂ ਨਾਲ ਸੰਗ ਸਕੀਆਂ ਕੀ
ਜੈਕਾਰਾ ਗੁਰੂਆਂ ਪੀਰਾਂ ਫਕੀਰਾਂ ਦਾ ਹੋਰ ਸਾਜੇ ਦਰਬਾਰ ਕੀ ਜੈ। ਜੈਕਾਰਾ ਧੰਨ ਧੰਨ ਬਾਬਾ ਬਾਲਾ ਜੀ ਦਾ ਹੋਰ ਸਾਜੇ ਦਰਬਾਰ ਕੀ ਜੈ। ਦਰਬਾਰ ਕੀ ਜੈ। ਜੈਕਾਰਾ ਦਾਤਾ ਅਲੀ ਅਹਿਮਦ ਸੱਚੀ ਕੀ ਜੈ। ਜੈਕਾਰਾ ਧੰਨ ਧੰਨ ਬਾਬਾ ਅਬਦੁੱਲੇ ਸ਼ਾਹ ਜੀ ਦਾ ਹੋਰ ਸਾਜੇ ਦਰਬਾਰ ਕੀ ਜੈ। ਜੈਕਾਰਾ ਧੰਨ ਧੰਨ ਬਾਬਾ ਗੁਲਾਮੀ ਸ਼ਾਹ ਜੀ ਦਾ ਹੋਰ ਸਾਜੇ ਦਰਬਾਰ ਕੀ ਜੈ। ਜੈਕਾਰਾ ਧੰਨ ਧੰਨ ਬਾਬਾ ਅਕਬਰ ਸ਼ਾਹ ਜੀ ਦਾ ਹੋਰ ਸਾਜੇ ਦਰਬਾਰ ਕੀ ਜੈ।